ਸਤਿ ਸ਼੍ਰੀ ਅਕਾਲ ਦਾ ਖਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਦੁਪਹਿਰ 1:00 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਸ਼ੁਰੂਆਤ ਕਰਾਂਗੇ ਅਸੀਂ ਭਗਵੰਤ ਮਾਨ ਵੱਲੋਂ 36 ਪ੍ਰਿੰਸੀਪਲ ਦਾ ਜਥਾ ਜਿਹੜਾ ਹੈਗਾ ਉਹ ਸਿੰਗਾਪੁਰ ਲਈ ਰਵਾਨਾ ਹੋ ਚੁੱਕਿਆ ਅੱਜ ਲੁਧਿਆਣਾ ਤੋਂ ਉਹਨਾਂ ਨੂੰ ਰਵਾਨਗੀ ਕੀਤੀ ਗਈ ਹੈ 10 ਫਰਵਰੀ ਤੱਕ ਇਹਨਾਂ ਦੀ ਟ੍ਰੇਨਿੰਗ ਚੱਲੇਗੀ ਫਿਰ 11 ਫਰਵਰੀ ਨੂੰ ਇਹ ਵਾਪਸ ਆਣਗੇ 5 ਤਰੀਕ ਤੋਂ ਇਹਨਾਂ ਦਾ ਸੈਸ਼ਨ ਸ਼ੁਰੂ ਹੋਵੇਗਾ ਟ੍ਰੇਨਿੰਗ ਸੈਸ਼ਨ ਤਾਂਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦਿੱਤੀ ਗਈ ਹਰੀ ਝੰਡੀ ਤਾਂ ਐਵੇਂ ਦਿੱਤੀ ਜਾ ਰਹੀ ਸੀ ਜਿਵੇਂ ਕੋਈ ਟ੍ਰਾਂਸਪੋਰਟ ਮੰਤਰੀ ਨਵੀਆਂ ਪਾਈਆਂ ਹੋਈਆਂ ਇਲੈਕਟ੍ਰੋਨਿਕ ਬੱਸਾਂ ਨੂੰ ਹਰੀ ਝੰਡੀ ਦਿੰਦਾ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿੰਦੇ ਨੇ ਤਾਂ ਇਹਨਾਂ ਅਧਿਆਪਕਾਂ ਨੂੰ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦੇ ਕੇ ਤੋਰਿਆ ਗਿਆ। ਔਰ ਸਾਡਾ ਹੈਲਥ ਐਂਡ ਐਜੂਕੇਸ਼ਨ ਸਾਡਾ ਪਹਿਲੇ ਦਿਨੋਂ ਪ੍ਰਾਇਓਰਟੀ ਸੀ ਤੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਕੂਲਾਂ ਦਾ ਕਾਇਆ ਪਲਟ ਹੋਇਆ ਉਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਸਕੂਲਾਂ ਦਾ ਕਾਇਆਬਲ ਕਰਾਂਗੇ ਪਰ ਅਰਵਿੰਦ ਕੇਜਰੀਵਾਲ ਜੀ ਨੇ ਜੋ ਸੁਪਨਾ ਕ੍ਰਾਂਤੀਕਾਰੀ এডਿਕੇਸ਼ਨ ਤੇ ਕ੍ਰਾਂਤੀਕਾਰੀ ਹੈਲਥ ਸਿਸਟਮ ਜਿਹੜਾ ਹੈ ਉਹ ਜਿਹੜਾ ਸੁਪਨਾ ਉਹਨਾਂ ਨੇ ਲਿਆ ਉਹ ਵੀ ਅੱਜ ਸੱਚ ਹੋਣ ਜਾ ਰਿਹਾ ਤੇ ਪੰਜਾਬ ਦੇਸ਼ ਦੇ ਵਿੱਚ ਇੱਕ ਅਲੱਗ ਸਥਾਨ ਬਣਾਊਗਾ এডਿਕੇਸ਼ਨ ਦੇ ਮਾਮਲੇ 'ਚ ਸਿੱਖਿਆ ਦੇ ਮਾਮਲੇ 'ਚ ਸਾਡੇ ਕੋਲੇ ਬਹੁਤ ਕਮਾਲ ਦੇ ਟੀਚਰਸ ਨੇ ਟੈਲੈਂਟ ਦੀ ਕੋਈ ਕਮੀ ਨਹੀਂ ਸਾਡੇ ਕੋਲੇ ਬਹੁਤ ਕਮਾਲ ਦੇ ਸਟੂਡੈਂਟ ਨੇ ਟੈਲੈਂਟ ਦੀ ਕੋਈ ਕਮੀ ਨਹੀਂ ਥੋੜਾ ਜਿਹਾ ਪਲੇਟਫਾਰਮ ਦੀ ਜਾਂ ਉਹਨਾਂ ਨੂੰ ਅਪਡੇਟ ਕਰਨ ਦੀ ਕਮੀ ਸੀ ਜੋ ਕਿ ਅਸੀਂ ਅੱਜ ਤੋਂ ਆਰੰਭ ਕਰਤੀ ਹੈ ਕਿ ਅਪਡੇਟ ਰਾਵਾਂਗੇ ਦੁਨੀਆ ਨਾਲ ਕਿਉਂਕਿ ਅੱਜ ਦੇ ਦੇ ਵਿੱਚ ਦੁਨੀਆ ਇੱਕ ਪਿੰਡ ਬਣ ਗਈ ਹੈ ਗਲੋਬਲਾਈਜੇਸ਼ਨ ਕਰਕੇ ਜਿੱਥੇ ਜਿੱਥੇ ਅਮਰੀਕਾ ਦੇ ਬੱਚੇ ਜਿੱਥੇ ਨਾਈਜੀਰੀਆ ਦੇ ਬੱਚੇ ਜਿੱਥੇ ਸ਼੍ਰੀਲੰਕਾ ਦੇ ਬੱਚੇ ਜਿੱਥੇ ਆਸਟ੍ਰੇਲੀਆ ਦੇ ਬੱਚੇ ਸਿੰਗਾਪੁਰ ਦੇ ਹਾਲੈਂਡ ਦੇ ਬੈਲਜੀਅਮ ਫਰਾਂਸ ਦੇ ਬੱਚੇ ਪੇਪਰ ਦਿੰਦੇ ਨੇ ਉਹ ਇੱਕੋ ਜਗ੍ਹਾ ਬਣ ਗਈ ਹੋ ਤੋ ਪਾਣੀ ਜਿਹੜਾ ਇਕੋਪੁਰ ਥਲੋਂ ਦੀ ਲੰਘਣ ਲੱਗ ਗਿਆ ਉੱਥੇ ਜਾ ਕੇ ਸਾਡੇ ਬੱਚੇ ਥੋੜਾ ਜਿਹਾ ਨਰਵਸ ਫੀਲ ਕਰ ਜਾਂਦੇ ਨੇ ਜਾਂ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਨੇ ਕਿ ਆਹ ਚੀਜ਼ਾਂ ਸਾਨੂੰ ਪੜਾਈਆਂ ਹੀ ਨਹੀਂ ਗਈਆਂ ਜਿਹੜੀਆਂ ਕਿਉਂਕਿ ਪੇਪਰ ਇੱਕ ਥਾਂ ਤੇ ਹੋ ਰਿਹਾ ਹੈ ਪਰ ਫੈਸਿਲਟੀਆਂ ਉਹਨੀਆਂ ਨਹੀਂ ਮਿਲੀਆਂ ਤਾਂ ਫਿਰ ਅਸੀਂ ਇਹ ਫੈਸਲਾ ਕੀਤਾ ਕਿ 36 ਪ੍ਰਿੰਸੀਪਲਾਂ ਦਾ ਜਿਹੜਾ ਪੂਰੇ ਪੰਜਾਬ ਤੋਂ ਪ੍ਰਿੰਸੀਪਲ ਚੁਣੇ ਹੋਏ ਨੇ ਲੁਧਿਆਣਾ ਤੋਂ ਬਾਅਦ ਜਲੰਧਰ ਪਹੁੰਚਦੇ ਆ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਲੰਧਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਇਸ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਇੱਥੇ ਪਹੁੰਚਦੇ ਨੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸੰਗਤਾਂ ਨੂੰ ਤੋਂ ਵਧਾਈਆਂ ਦਿੱਤੀਆਂ ਨਾਲ ਦੀ ਨਾਲ ਉਹ ਵੀ ਕਿਹਾ ਕਿ ਜਲੰਧਰ ਦੇ ਡੀਸੀ ਨੂੰ ਅਸੀਂ ਹੁਕਮ ਦਿੰਦੇ ਨੇ ਕਿ ਤੁਸੀਂ ਆਪਣਾ ਬਜਟ ਤਿਆਰ ਕਰੋ ਜਾਂ ਫਿਰ ਜਲੰਧਰ ਦੇ ਲੋਕਾਂ ਦੇ ਲਈ ਬਜਟ ਤਿਆਰ ਕਰੋ ਤੁਸੀਂ ਲਿਸਟ ਬਣਾ ਕੇ ਦਿਓ ਅਸੀਂ ਉਸ ਦੇ ਉੱਪਰ ਕੰਮ ਕਰਾਂਗੇ ਉਸ ਨੂੰ ਅਸੀਂ ਜਿਹੜਾ ਵਿਕਾਸ ਕਰਾਂਗੇ ਤਾਂ ਸਟੇਜ ਦੇ ਉੱਪਰ ਜਲੰਧਰ ਦੇ ਵਿੱਚ ਹੀ ਪਹੁੰਚੇ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਦਿੱਤੇ ਜਾਂਦੇ ਟੈਕਸ ਦਾ ਮੁੱਦਾ ਉਠਾਇਆ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਲੋਕ ਸੁੱਤੇ ਹੁੰਦੇ ਤਾਂ ਉਦੋਂ ਵੀ ਟੈਕਸ ਦਿੱਤਾ ਜਾਂਦਾ ਤਾਂ ਹਾਲਾਂਕਿ ਸਰਕਾਰ ਬਾਕੀ ਟੈਕਸ ਨੂੰ ਜਿਹੜਾ ਦਿਖ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਲਗਾਇਆ ਤਾਜ਼ਾ ਨਵਾਂ ਟੈਕਸ ਸ਼ਾਇਦ ਦਿਖਾਈ ਨਹੀਂ ਦੇ ਰਿਹਾ ਪੈਟਰੋਲ ਦੇ ਉੱਪਰ ਹਾਲੀ ਦੇ ਵਿੱਚ ਵਿੱਤੀ ਦਿਨੀ ਕੈਬਨਟ ਨੇ 90 ਪੈਸੇ ਜਿਹੜਾ ਹੈਗਾ ਪੈਟਰੋਲ ਡੀਜ਼ਲ ਪ੍ਰਤੀ ਲੀਟਰ 90 ਪੈਸੇ ਸੈਸ ਲਗਾ ਦਿੱਤਾ ਪੰਜਾਬ ਦੀ ਜਨਤਾ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਉੱਪਰ ਇੱਕ ਹੋਰ ਵਾਧੂ ਦਾ ਬੋਝ ਪਾ ਦਿੱਤਾ ਪਰ ਫਿਲਹਾਲ ਪੁਰਾਣੇ ਟੈਕਸ ਨੂੰ ਲੈ ਕੇ ਸੀਐਮ ਕੀ ਕਹਿ ਰਿਹਾ ਇੱਕ ਵਾਰ ਅਸੀਂ ਸੁਣਦੇ ਹਾਂ ਜਦੋਂ ਸਵੇਰੇ ਉੱਠਦੇ ਹਾਂ ਚਾਹ ਬਣਾਉਣੀ ਹੈ ਟੀਲੀ ਜਿਹੜੀ ਜਲਾਈ ਟੈਕਸ ਸ਼ੁਰੂ ਕਿਉਂਕਿ ਜਦੋਂ ਤੁਸੀਂ ਮਾਦਰ ਸਖੀਰਨ ਜਾਓਗੇ ਨਾ ਉੱਚ ਟੈਕਸ ਲੱਗਦਾ ਜੇ ਗੈਸ ਸਿਲੰਡਰ ਹੈ ਲਾਈਟਰ ਦੀ ਅੱਗ ਜਲਾਈ ਸੋ ਇਲੈਕਟ੍ਰੀ ਦੀ ਸੋਚ ਦੱਬੀ ਟੈਕਸ ਸ਼ੁਰੂ ਉਸ ਤੋਂ ਬਾਅਦ ਚਾਹ ਧਰੀ ਹੈ ਉਹਦੇ ਚ ਉਹਦੇ ਚਾਹ ਪੱਤੀ ਪਾਈ ਟੈਕਸ ਉਹ ਚ ਖੰਡ ਪਾਈ ਟੈਕਸ ਉਹ ਚ ਦੁੱਧ ਪਾਇਆ ਟੈਕਸ ਉਸ ਤੋਂ ਬਾਅਦ ਤੁਸੀਂ ਫੋਨ ਕੀਤਾ ਕਿਦਰ ਰਿਸ਼ਤੇਦਾਰ ਨੂੰ ਮੈਂ ਆਉਣਾ ਤੇਰੇ ਕੋਲੇ ਟੈਕਸ ਉਸ ਤੋਂ ਬਾਅਦ ਮੋਟਰਸਾਈਕਲ ਸਟਾਰਟ ਕੀਤਾ ਪੈਟਰੋਲ ਡੀਜ਼ਲ ਟੈਕਸ ਉਦੋਂ ਦਾ ਸਬਜੀ ਲੈ ਆਏ ਆਉਂਦੇ ਹੋਏ ਟੈਕਸ ਰੋਟੀ ਖਾਧੀ ਤੇ ਦੁੱਧ ਪੀ ਲਿਆ ਟੈਕਸ ਤੇ ਲਓ ਜੀ ਰਾਤ ਨੂੰ ਸੌਣ ਵੇਲੇ ਪੱਖੇ ਥੱਲੇ ਪੈ ਕੇ ਥੋੜੇ ਜਿਨੇ ਸ਼ੁਕਰ ਆ ਹੁਣ ਟੈਕਸ ਨਹੀਂ ਹੈਗਾ ਨਾ ਗਲਤਫਹਿਮੀ ਚ ਉੱਪਰ ਪੱਖਾ ਚੱਲੀ ਜਾਂਦਾ ਹੈ ਟੈਕਸ ਤੁਸੀਂ ਤਾਂ ਸੁੱਤੇ ਪਏ ਵੀ ਟੈਕਸ ਦੇਈ ਜਾਂਦੇ ਹੋ ਉਹ ਤੁਸੀਂ ਸੁੱਤੇ ਪਏ ਵੀ ਟੈਕਸ ਦੇਈ ਜਾਂਦੇ ਹੋ ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ੀ ਭੁਗਤਲਨੀ ਪਹੁੰਚੇ ਸਨ ਇੱਕ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਸੀਐਮ ਦਾ ਘਰਾਓ ਕਰਨ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਜੋ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਕੇਸ ਦਰਜ ਕੀਤਾ ਗਿਆ ਸੀ ਤਾਂ ਇਸ ਦੀ ਪੇਸ਼ੀ ਭੋਗਤਨ ਦੇ ਲਈ ਅੱਜ ਸਭ ਤੋਂ ਪਹਿਲਾਂ ਚੰਡੀਗੜ੍ਹ ਭਗਵੰਤ ਮਾਨ ਪਹੁੰਚਦੇ ਆ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਦੌਰੇ ਤੇ ਜਾਂਦੇ ਨੇ ਉਧਰ ਏਟੀਐਫਆਈ ਯਾਨੀ ਕਿ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵਿਰੇਸ਼ ਸੰਡਲੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲੇ ਹੋਏ ਮੋਰਚੇ ਅਤੇ ਅੰਮ੍ਰਿਤਪਾਲ ਦੇ ਖਿਲਾਫ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੂੰ ਸ਼ਿਕਾਇਤ ਕੀਤੀ ਹੈ ਤਾਂ ਇਸ ATFI ਦੇ ਪ੍ਰਧਾਨ ਵਿਰੇਸ਼ ਨੇ ਕਿਹਾ ਕਿ ਜੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਚੱਲ ਰਿਹਾ ਇਸ ਨੂੰ ਖਤਮ ਕਰਨਾ ਚਾਹੀਦਾ ਧਰਨਾ ਹਟਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਰਾਜਪਾਲ ਨੂੰ ਪੰਜਾਬ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਦੇ ਖਿਲਾਫ ਵੀ ਸ਼ਿਕਾਇਤ ਲਗਾਈ ਹੈ ਮੁੱਦਾ ਚੱਕਿਆ ਗਿਆ ਜੋ ਅਮਰਿਤਪਾਲ ਦੇ ਨਾਲ ਉਹਨਾਂ ਦੇ ਸਾਥੀ ਚੱਲਦੇ ਨੇ ਹਥਿਆਰਬੰਦ ਹੋ ਕੇ ਹਥਿਆਰਾਂ ਦੇ ਨਾਲ ਤਾਂ ਉਸ ਦਾ ਸ਼ਿਕਾਇਤ ਜਿਹੜੀ ਹੈ ਉਹ ਰਾਸ਼ਪਾਲ ਨੂੰ ਕੀਤੀ ਗਈ ਹੈ 5 ਫਰਵਰੀ ਤੋਂ 7 ਜ਼ਿਲ੍ਹਿਆਂ ਦੇ ਅੰਦਰ 18 ਸਰਕਾਰੀ ਮਾਈਨਿੰਗ ਸਾਈਟਾਂ ਸ਼ੁਰੂ ਹੋਣ ਜਾ ਰਹੀਆਂ ਨੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹਨਾਂ 17 ਸਾਈਟਾਂ 18 ਸਾਈਟਾਂ ਤੇ ਰੇਤਾ ਜਿਹੜਾ ਹੈਗਾ ਆ ਉਹ 5.5 ਰੁਪਏ ਪ੍ਰਤੀ ਕਯੂਬਿਕ ਫੁੱਟ ਦੇ ਹਿਸਾਬ ਦੇ ਨਾਲ ਪੰਜਾਬ ਦੇ ਲੋਕਾਂ ਤੱਕ ਪਹੁੰਚ ਕਰੇਗਾ ਇਸ ਤੋਂ ਇਲਾਵਾ 31 ਮਾਰਚ ਤੱਕ 14 ਜ਼ਿਲ੍ਹਿਆਂ ਦੇ ਵਿੱਚ 50 ਹੋਰ ਮਾਈਨਿੰਗ ਸਾਟਾਂ ਖੋਲਣ ਦਾ ਦਾਵਾ ਕੀਤਾ ਗਿਆ ਔਰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁਹਾਲੀ ਦੇ ਵਿੱਚ ਇੱਕ ਸਰਕਾਰੀ ਸਾਈਟ ਖੋਲੀ ਸੀ ਮਾਈਨਿੰਗ ਸਾਈਟ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ 5.5 ਰੁਪਏ ਰੇਤਾ ਇੱਥੇ ਮਿਲ ਰਿਹਾ ਤਾਂ ਹੁਣ 5 ਫਰਵਰੀ ਤੋਂ 7 ਹੋਰ ਜ਼ਿਲ੍ਹਿਆਂ ਦੇ ਵਿੱਚ 18 ਮਾਈਨਿੰਗ ਸਾਈਟਾਂ ਸ਼ੁਰੂ ਹੋ ਜਾਣਗੀਆਂ ਜਿਸ ਨੂੰ ਲੈ ਕੇ ਸਰਕਾਰ ਨੇ ਦਾਅਵਾ ਕੀਤਾ ਹੁਣ ਦੇਖਣਾ ਹੋਵੇਗਾ ਕਿ ਵਾਕਈ ਹੀ ਸਾਡੇ 5 ਰੁਪਏ ਦੇ ਹਿਸਾਬ ਦੇ ਨਾਲ ਪੰਜਾਬ ਦੇ ਲੋਕਾਂ ਤੱਕ ਇਹ ਮਾਈਨਿੰਗ ਜਾਂ ਫਿਰ ਰੇਤਾ ਪਹੁੰਚ ਪਾਉਂਦੀ ਹੈ ਜਾਂ ਨਹੀਂ ਉਧਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੁੱਬੇ ਭਰ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਤਕਰੀਬਨ 1490 ਠਿਕਾਣਿਆਂ ਤੇ ਲਾਰੈਂਸ ਵਿਸ਼ਨੋਈ ਤੇ ਗੋਲਦੀ ਬਰਾੜ ਦੇ ਸਾਥੀਆਂ ਦੇ ਠਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਹੈ 1490 ਅਜਿਹੇ ਸ਼ੱਕੀ ਟਿਕਾਣੇ ਜਿਹੜੇ ਆ ਉਹਨੂੰ ਹਾਈਲਾਈਟ ਕੀਤਾ ਗਿਆ ਸੀ ਜਿੱਥੇ ਪੁਲਿਸ ਨੇ ਰੇਡ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਐਂਟੀ ਸੋਸ਼ਲ 엘ਿਮੈਂਟਸ ਗੈਂਗਸਟਰਸ اور ਡਰੱਗ ਸਮੱਗਲਰਸ ਦੇ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਮਹਿੰਦੇ ਤਹਿਤ ਕੱਲ ਪੰਜਾਬ ਦੇ 1490 ਸਥਾਨਾਂ ਤੇ ਜਿਹੜੇ ਤਿੰਨ ਕਮਿਸ਼ਨਰੇਟਸ اور 25 ਜ਼ਿਲ੍ਹੇ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਕੋਆਰਡੀਨੇਟਿਡ ਰੇਡਸ ਕਰਵਾਏ ਗਏ ਜੋ ਲਾਰੈਂਸ ਬਿਸ਼ਨੋਈ ਗੋਲਦੀਪ ਰਾੜ ਦੇ ਗੈਂਗ ਦੇ ਮੈਂਬਰਸ اور ਉਹਨਾਂ ਦੇ ਜਿਹੜੇ ਸਾਥੀਆਂ ਦੇ ਟਿਕਾਣੇ ਸੀ ਉਹਨਾਂ ਤੇ ਰੇਡ ਕਰਾਏ ਗਏ ਇਹਨਾਂ ਟਿਕਾਣਿਆਂ ਇਹਨਾਂ ਰੇਡਸ ਦੇ ਦੌਰਾਨ ਸਾਨੂੰ ਕੁਝ ਇਨਕ੍ਰਿਮੀਨੇਟਿੰਗ ਇਲੈਕਟ੍ਰੋਨਿਕ ਡਿਵਾਈਸਸਸ ਔਰ ਹੋਰ ਸਮਾਨ ਮਿਲਿਆ ਹੈ ਜਿਸ ਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਔਰ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਹੈ ਐਂਟੀ ਸੋਸ਼ਲ 엘ਿਮੈਂਟਸ ਡਰੱਗ ਸਮਗਲਰਸ ਔਰ ਗੈਂਗਸਟਰਸ ਦੇ ਖਿਲਾਫ ਇਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ 140 ਗੈਂਗਸਟਰ ਮੋਡਿਊਲਸ ਨੂੰ ਬਸਟ ਕੀਤਾ ਗਿਆ ਔਰ 555 ਦੇ ਕਰੀਬ ਗੈਂਗਸਟਰਸ ਫੜੇ ਜਾ ਚੁਕੇ ਹਨ ਇਸ ਦੇ ਵਿੱਚੋਂ 510 ਵੈਪਨਸ ਔਰ 129 ਵਹੀਕਲਸ ਵੀ ਪੰਜਾਬ ਪੁਲਿਸ ਨੇ ਸੀਜ਼ ਕੀਤੇ ਹਨ ਔਰ ਇਹ ਜਿਹੜੇ ਸਾਡੇ ਮੂਹਮ ਹੈ ਐਂਟੀ ਸੋਸ਼ਲ 엘ਿਮੈਂਟਸ ਗੈਂਗਸਟਰਸ اور ਡਰੱਗ ਸਮੱਗਲਰਸ ਦੇ ਖਿਲਾਫ ਲਗਾਤਾਰ ਇਸ ਤਰ੍ਹਾਂ ਚੱਲ ਰਿਹਾ ਹੈ ਉਧਰ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਦੁਕਾਨ ਦੇ ਬਾਹਰ ਬੈਠੇ ਹੋਏ ਦੁਕਾਨਦਾਰ ਦੇ ਉੱਪਰ ਗੋਲੀਆਂ ਮਾਰ ਕੇ ਲੋਕ ਫਰਾਰ ਹੋ ਜਾਂਦੇ ਨੇ ਇਹ ਜਿਹੜੀ ਘਟਨਾ ਹੈਗੀ ਹੈ ਇਹ ਹਕੀਮਾਨ ਹਕੀਮਾਨ ਨੇੜੇ ਅਮਨ ਐਵੇਨਿਊ ਦੇ ਵਿੱਚ ਵਾਪਰਦੀ ਹੈ ਰਾਤ 8:30 ਵਜੇ ਚੱਕੀ ਦਾ ਮਾਲਕ ਰਜਿੰਦਰ ਅਰੋੜਾ ਆਪਣੀ ਦੁਕਾਨ ਦੇ ਉੱਪਰ ਬੈਠਾ ਹੁੰਦਾ ਜਿਸ ਦੌਰਾਨ ਮੋਟਰਸਾਈਕਲ ਤੇ ਦੋ ਨੌਜਵਾਨ ਆਂਦੇ ਆ ਤੇ ਉਸ ਨੂੰ ਨਿਸ਼ਾਨਾ ਬਣਾ ਕੇ ਚਲੇ ਜਾਂਦੇ ਨੇ ਉਧਰ ਖੰਨਾ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਲੀਡਰ ਦੀਪਕ ਗੋਇਲ ਨੂੰ ਪੰਜ ਨਜਾਇਜ਼ ਹਥਿਆਰਾਂ ਦੇ ਨਾਲ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਹੁਣ ਪੁੱਛਗਿੱਛ ਦੇ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਤਾਂ ਇਸ ਦੇ ਵਿੱਚ ਇਹ ਸਭ ਤੋਂ ਵੱਡਾ ਇੱਕ ਐਂਗਲ ਜੁੜਿਆ ਕਿ ਜੋ ਹਥਿਆਰ ਇਸ ਦੀਪਕ ਗੋਇਲ ਤੋਂ ਬਰਾਮਦ ਕੀਤੇ ਐ ਇਹ ਜਿਹੜੇ ਆ ਪਾਣੀਪਤ ਤੋਂ ਲਿਆਂਦੇ ਗਏ ਸੀ ਹਥਿਆਰ ਤੇ ਇਸ ਮਾਮਲੇ ਦੇ ਵਿੱਚ ਦੀਪਕ ਗੋਇਲ ਨਾਲ ਹੋਰ ਉਸਦੇ ਦੋਸਤ ਸਾਥੀ ਜਿਹੜੇ ਫੜੇ ਗਏ ਸੀ ਉਹਨਾਂ ਦੇ ਸੰਬੰਧ ਬੰਬੀਹਾ ਗਰੁੱਪ ਦੇ ਨਾਲ ਪਾਏ ਗਏ ਨੇ ਫਿਰ ਦੀਪਕ ਗੋਇਲ ਦੀ ਨਿਸ਼ਾਨਦੇਹੀ ਦੇ ਉੱਪਰ ਖੰਨਾ ਪੁਲਿਸ ਨੇ ਖੰਨੇ ਦੇ ਹੀ ਪਿੰਡ ਦੇ ਇੱਕ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਇੱਕ ਪੰਪ ਗਨ ਤੇ ਨਾਲ ਦੀ ਨਾਲ ਪਿਸਤਲ ਬਰਾਮਦ ਕੀਤਾ ਗਿਆ ਉਧਰ ਹਰਿਆਣਾ ਦੀ ਸਪਨਾ ਚੌਧਰੀ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਸਪਨਾ ਚੌਧਰੀ ਦੀ ਭਾਬੀ ਨੇ ਪਰਿਵਾਰ ਦੇ ਉੱਪਰ ਕੋਟਮਾਰ ਕਰਨ ਅਤੇ ਦਹੇਜ਼ ਦੀ ਮੰਗ ਕਰਨ ਨੂੰ ਲੈ ਕੇ ਪਲਵਰ ਦੇ ਵਿੱਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਪਨਾ ਚੌਧਰੀ ਸਪਨਾ ਦੀ ਮਾਤਾ ਅਤੇ ਸਪਨਾ ਦੇ ਭਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ 3 ਵਜੇ ਤੱਕ ਦੀਆਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦੋ ਇਜਾਜ਼ਤ ਧੰਨਵਾਦ